ਕਾਂਗਰਸੀ ਲੀਡਰ ਸੁਖਪਾਲ ਖਹਿਰਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਕਾਂਗਰਸੀ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਕੁਲਦੀਪ ਸਿੰਘ ਧਾਲੀਵਾਲ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਕਿਹਾ ਹੈ ਕਿ ਉਹਨਾਂ ਦਾ ਕਾਂਗਰਸ ਤੋਂ ਵਿਸ਼ਵਾਸ ਉੱਠ ਗਿਆ, ਇਸ ਲਈ ਉਹ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਪੰਜਾਬ ਮਸਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਧਾਲੀਵਾਲ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਇਸ ਮੌਕੇ ਛੋਟੇਪੁਰ ਨੇ ਕਿਹਾ ਕਿ ਪਾਰਟੀ ਵੱਲੋਂ ਕਿਸੇ ਵੀ ਬੰਦੇ ਨੂੰ ਬਿਨਾਂ ਕਿਸੇ ਸ਼ਰਤ ਦੇ ਸ਼ਾਮਲ ਕੀਤਾ ਜਾ ਰਿਹਾ, ਪਰ ਨਾਲ ਹੀ ਉਹਨਾਂ ਬੰਦੇ ਦੀ ਕਾਬਲੀਅਤ ਦੇ ਹਿਸਾਬ ਨਾਲ ਅਹੁਦੇ ਦੇਣ ਦੀ ਗੱਲ ਵੀ ਆਖੀ ਹੈ। ਕੁਲਦੀਪ ਸਿੰਘ ਧਾਲੀਵਾਲ ਜੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ। ਇਹਨਾਂ ਨੂੰ ਪ੍ਰੇਰਿਤ ਕੀਤਾ ਕੇਜਰੀਵਾਲ ਸਾਹਿਬ ਦੇ ਕੰਮਕਾਰਾਂ ਨੇ, ਔਰ ਪੁਰਾਣੇ ਸਿਸਟਮ ਤੋਂ ਜਿਸ ਤਰ੍ਹਾਂ ਸਾਰਾ ਪੰਜਾਬ ਦੁਖੀ ਹੈ, ਇਹਨਾਂ ਨੇ ਵੀ ਦੁਖੀ ਹੋ ਕੇ ਕਾਂਗਰਸ ਛੱਡੀ ਹੈ ਔਰ ਆਮ ਆਦਮੀ ਪਾਰਟੀ ਦੀਆਂ ਪਾਲਿਸੀਜ਼ ਪ੍ਰੋਗਰਾਮ ਨੂੰ ਅਡਾਪਟ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋ ਰਿਹਾ ਉਹ ਅਨਕੰਡੀਸ਼ਨਲ ਹੋ ਰਿਹਾ। ਆਮ ਆਦਮੀ ਕਿਸੇ ਬੰਦੇ ਦੇ ਨਾਲ ਕੋਈ ਗਿਵ ਟੇਕ ਨਹੀਂ ਕਰਦੀ। ਅੱਜ ਆਮ ਆਦਮੀ ਪਾਰਟੀ ਕੇ ਪਰਿਵਾਰ ਮੇ ਕਾਂਗਰਸ ਛੋੜਕਰ ਹਮਾਰੇ ਇੱਕ ਨਏ ਸਾਥੀ ਜੁੜ ਰਹੇ ਹੈ, ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਜੀ, ਜੋ ਕਾਂਗਰਸ ਇੰਟਲੈਕਚੁਅਲ ਸੈੱਲ ਕੇ ਪੰਜਾਬ ਕੇ ਪ੍ਰਧਾਨ ਹੈ, ਪਹਿਲੇ SS ਬੋਰਡ ਕੇ ਮੈਂਬਰ ਵੀ ਰਹੇ ਹੈ ਔਰ ਉਸਸੇ ਪਹਿਲੇ ਕਾਂਗਰਸ ਪਾਰਟੀ ਕੇ ਸਟੇਟ ਕੇ ਸੈਕਰੇਟਰੀ ਵੀ ਰਹੇ ਹੈ। ਤੋ ਕਾਂਗਰਸ ਪਾਰਟੀ ਛੋੜ ਕੇ ਅੱਜ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋ ਰਹੇ ਹੈ। ਆਮ ਆਦਮੀ ਪਾਰਟੀ ਮੇਂ ਹਮ ਸਾਰੇ ਲੋਕ ਇਨਕਾ ਸਵਾਗਤ ਕਰਤੇ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਕੋਈ ਫਰਕ ਨਹੀਂ। ਕਾਂਗਰਸ ਨੇ ਪਿਛਲੇ 9 ਸਾਲ ਦੇ ਵਿੱਚ, ਅੱਜ 9 ਸਾਲ ਹੋ ਗਏ ਪੂਰੇ ਸਰਕਾਰ ਬਣੀ ਨੂੰ ਅਕਾਲੀ ਦਲ ਬਾਦਲ ਦੀ, 9 ਸਾਲ ਦੇ ਵਿੱਚ ਨਾ ਤਾਂ ਅਸੈਂਬਲੀ ਦੇ ਅੰਦਰ ਅਤੇ ਨਾ ਹੀ ਅਸੈਂਬਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਕੋਈ ਮੁੱਦਾ ਚੁੱਕਿਆ। ਪੰਜਾਬ ਜਿਹੜਾ ਉਹ ਡਰੱਗ ਦੇ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਸੀਗਾ ਔਰ ਡਰੱਗ ਦੇ ਉੱਤੇ ਕੈਪਟਨ ਸਾਹਿਬ ਨੇ ਜਿੱਦਾਂ CBI ਦੀ ਇਨਕੁਆਇਰੀ ਰੋਕੀ, ਜਿੱਦਾਂ ਅੰਮ੍ਰਿਤਸਰ ਦੇ ਵਿੱਚ ਰੈਲੀ ਕੀਤੀ, ਜਿੱਦਾਂ ਸੁਨੀਲ ਜਾਖੜ ਹੋਣਾ ਨੇ ਅਸੈਂਬਲੀ ਦੇ ਵਿੱਚ ਬਿਲਕੁਲ ਮਨਜੀਤ ਮਜੀਠੀਏ ਨੂੰ ਕਲੀਨ ਚਿੱਟ ਦਿੱਤੀ, ਉਹ ਬੜੀ ਇੱਕ ਸ਼ਰਮਿੰਦਗੀ ਵਾਲੀ ਗੱਲ ਸੀਗੀ। ਸੋ ਮੈਂ ਸਮਝਦਾ ਕਿ ਇਸ ਟਾਈਮ ਦੇ ਉੱਤੇ ਇੰਡੀਆ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਆਪ ਇੱਕ ਸਭ ਤੋਂ ਵਧੀਆ ਜਿਹੜਾ ਬਦਲ ਹੈ ਔਰ ਪ੍ਰਵਾਸੀ ਭਾਰਤੀ ਸਾਰੇ ਹੀ ਇਹ ਚਾਹੁੰਦੇ ਆ, ਸਾਰੇ ਹੀ ਇਹਨਾਂ ਦਾ ਹੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਆਵੇ। ਸਾਰੇ ਕਾਂਗਰਸ ਤੋਂ ਅਤੇ ਅਕਾਲੀ ਦਲ ਤੋਂ ਆਪਣੀ ਜਾਨ ਜਿਹੜੀ ਆ ਉਹ ਛਡਾਉਣੀ ਚਾਹੁੰਦੇ ਆ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਡਰੱਗ ਮੁਕਤ ਹੋ ਜਾਵੇ, ਭ੍ਰਿਸ਼ਟਾਚਾਰ ਮੁਕਤ ਹੋ ਜਾਵੇ, ਪੰਜਾਬ ਇੱਕ ਵਧੀਆ ਸੂਬਾ ਹੋਵੇ ਤਾਂ ਜੋ NRI ਬਾਹਰੋਂ ਆ ਕੇ ਬਾਹਰਲੇ ਦੇਸ਼ਾਂ ਤੋਂ ਆ ਕੇ ਆਪਣਾ ਪੈਸਾ ਇਨਵੈਸਟ ਕਰ ਸਕਣ, ਆ ਕੇ ਆਪਣੇ ਬੱਚਿਆਂ ਦੇ ਇੱਥੇ ਵਿਆਹ ਕਰ ਸਕਣ, ਬੱਚਿਆਂ ਦੇ ਨਾਲ ਰਹਿ ਸਕਣ।